ਸਿੱਖ ਹੁੰਦੇ ਨੇ ਸਾਰੇ ਹਿੰਦੂ ਹੁੰਦੇ ਫਿਰ ਤੁਸੀਂ ਕਿਹਨਾਂ ਨੂੰ ਕੁਛ ਕਹਿੰਦੇ ਹੋ ਫਿਰ ਤੁਸੀਂ ਫਿਰ ਵੀ ਇਹੀ ਪੁੱਛਣਾ ਸੀ ਅੱਜ ਹਿੰਦੁਸਤਾਨ ਦਾ ਸਾਰਾ ਕਿਸਾਨ ਇਕੱਠਾ ਹੈ ਇਕੱਠੀ ਹੋਈ ਪਈ ਆ ਭਰਾ ਭਰਾ ਰਲ ਕੇ ਲੜਾਈ ਲੜਦਾ ਪਿਆ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਸੰਸਥਾ 20 ਲੱਖ ਲੋਕਾਂ ਦੀ ਜੁੜੀ ਸੰਸਥਾ ਜ਼ਿੰਮੇਵਾਰੀ ਬਣਦੀ ਸੀ ਇਹ ਗੱਲ ਕਹਿਣ ਦੀ ਕਿ ਸਾਡੇ ਤੇ ਕੋਈ ਆਦੇ ਕਿਸੇ ਝੂਠਾ ਲਾਵੇ ਤਾਂ ਬਰਦਾਸ਼ਤ ਨਹੀਂ ਕਰ ਸਕਦੇ ਬਿਲਕੁਲ ਝੂਠਾ ਹੈ ਗਲਤ ਹੈ ਬੇਬੁਨਿਆਦ ਹੈ ਇਹ ਨੂੰ ਅਸੀਂ ਕੰਡਮ ਕਰਦੇ ਹਾਂ ਜਦੋਂ ਕੰਡਮ ਕਰਦੇ ਹਾਂ ਅਗਰ ਉਹ ਸਾਡੇ ਗੱਲ ਕਹਿੰਦੇ ਆ ਜਾਂ ਉਹ ਸਾਡੇ ਤੋਂ ਚੁਣੀ ਕਰ ਸਕਦਾ ਸਾਡਾ ਬੇਈਮਾਨ ਸਾਥ ਨਹੀਂ देखिए जब ये इतने बड़े आंदोलन चलते हैं यकीनी तौर पर उसके अंदर गलत लोग घुसते हैं आते हैं और घुसाए भी जाते हैं उनको खराब करने के लिए घुसते भी और घुसाए भी जाते हैं लेकिन इसका मतलब ये नहीं है कि वो आंदोलन क्या काम है सरकार हम यहाँ के जो है नागरिक नहीं है तो ये एक हमारी कंप्लेंट करता आप एक बात समझिए देखो मैं दिल्ली से गुरुद्वारा मैनेजमेंट कमेटी सारी कमेटी इस करके इकट्ठी हुई है क्योंकि जिस तरीके का सिखा के खिलाफ प्रचार शुरू हो गया सोशल मीडिया से यह बड़ा ही इतराज योग बड़ा दुखदाई है सानू बड़ी तकलीफ हो रही है देख के कि सिखा नू ब्लेम किया जा रहा है कभी सिखा नू पाकिस्तान जोड़ के दिखाया जा रहा है कभी सिखा नू पाकिस्तान जोड़ के दिखाया जा रहा है इस किसान अंदोलन का मूँह मोड़ के सिख अंदोलन दिखाने की कोशिश की जा रही है असी देश प्रस्त लोग हाँ साढ़े तो सवाल करने वाले पहला अपना पिछोकड़ देख जाके असी देश वास्ते लड़न मरन वाले लोग हाँ सानू इस गल की बड़ी चिंता है कि जेडे एक प्लेट खाने वाले लोग ने उन्होंने लड़ाया जा रहा आपस अंदर ये हिंदू होवे सिख होवे मुसलमान होवे ईसाई होवे बोधी होवे असी एक जगह रहने वाले लोग हाँ पर सानू कल्या नू आइडेंटिफाई करके साडियां दस्तारां नू आइडेंटिफाई करके सानू पेश किया जा रहा कि जिवें असी एंटी नैशनल होइए सो मैं सरकार नू ये कहना है असी कहना चाहते हैं सारी दिल्ली से गुरुद्वारा मैनेजमेंट कमेटी ऐसे लोगों के खिलाफ कार्रवाई की जाए और सानू इस गल का भी अफसोस आ यह सब कुछ उदों शुरू होया जो किसान अंदोलन चल रहा सीगा तां तक सारे देश प्रस्त सीगे लेकिन जदों ही किसान अंदोलन की गलबात टुट गई माफ़ी चाहना है जदों सरकार नाल गलबात चल रही थी और जदों गलबात किसी नतीजे पर नहीं पहुँचती और वह गलबात टुट जाती आ तो तुरंत ब्लेम लगन लग पैंदे ने कि ये एलीगेशन लगन लग पैंदे ने कि असी देश के खिलाफ काम कर रहे हैं ਇਹ ਕਿਸਾਨ ਅੰਦੋਲਨ ਨਹੀਂ ਇਹ ਸਿੱਖ ਅੰਦੋਲਨ ਹੈ ਇਸ ਨੂੰ ਬੜੇ ਸਾਰੇ ਰਾਮ ਦਿੱਤੇ ਗਏ ਨੇ ਸੋ ਸਾਨੂੰ ਇਸ ਗੱਲ ਦੀ ਬੜੀ ਤਕਲੀਫ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਸਰਕਾਰ ਤੁਰੰਤ ਜਿੱਥੇ ਕਿਸਾਨੀ ਅੰਦੋਲਨ ਨੂੰ ਰੋਕਣ ਵਾਸਤੇ ਉਹਨਾਂ ਦੇ ਕਾਨੂੰਨਾਂ ਦੇ ਮੁਤਾਬਕ ਜੋ ਕਾਨੂੰਨ ਉਹ ਰੱਦ ਕਰਨਾ ਚਾਹੁੰਦੇ ਕਾਨੂੰਨ ਰੱਦ ਕੀਤੇ ਜਾਣ ਉੱਥੇ ਹੀ ਜੋ ਸਾਡੇ ਖਿਲਾਫ ਇਹ ਜ਼ਹਿਰ ਉਗਲ ਰਹੇ ਨੇ ਕੰਗਨਾ ਰਣਾਵਤ ਵਰਗੇ ਲੋਕ ਜ਼ਹਿਰ ਉਗਲ ਰਹੇ ਨੇ ਬੜੇ ਸਾਰੇ ਲੋਕ ਜੋ ਕਿ ਬੜੇ ਵੱਡੇ ਸਟਾਰ ਹੋਣ ਦੇ ਬਾਵਜੂਦ ਸਾਡੇ ਖਿਲਾਫ ਜ਼ਹਿਰ ਉਗਲ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਦੇਸ਼ ਪ੍ਰਸਤ ਲੋਕਾਂ ਨੂੰ ਬਚਾਇਆ ਜਾਵੇ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਸਾਡੇ ਨਾਲ ਆ ਕੇ ਖੜੀ ਹੋਵੇ ਸਰਕਾਰ ਲੋਕਾਂ ਨੂੰ ਜਵਾਬ ਦੇਵੇ ਕਿ ਇਹਨਾਂ ਦੇ ਉੱਤੇ ਸਵਾਲ ਕਰਨ ਵਾਲਿਆਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਾਡੇ ਪਿਛੋਕੜ ਦੇ ਬਾਰੇ 'ਚ ਹਰ ਕੋਈ ਜਾਣਦਾ ਹੈ ਸੋ ਸਾਨੂੰ ਬੜਾ ਤਕਲੀਫ ਔਰ ਦਰਦ ਹੋਇਆ ਹੈ ਦੇਖ ਕੇ ਕਿ ਕਿਸ ਤਰੀਕੇ ਸਾਨੂੰ ਸਿੰਗਲ ਆਊਟ ਕਰਕੇ ਔਰ ਸਾਨੂੰ ਦੇਸ਼ ਦੇ ਖਿਲਾਫ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਕੇਂਦਰੀ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਕਿਸਾਨੋਂ ਕਾ ਅੰਦੋਲਨ ਹੈ ਵਾਮਪੰਥੀ ਇਸ ਨੂੰ ਭੜਕਾਣਾ ਚਾਹਤੇ ਹੈ ਤੁਨ ਵਾਮਪੰਥੀਓ ਕੋ ਸਰਕਾਰ ਅੰਦਰ ਦੇ ਜਿਹੜੇ ਵਾਮਪੰਥੀ ਕਹਿ ਰਹੇ ਨੇ ਭੜਕਾਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਅੱਗ ਲਾਉਣਾ ਚਾਹੁੰਦੇ ਅੱਗ ਲਾਉਣ ਵਾਲੇ ਸਰਕਾਰ ਅੰਦਰ ਕਿਉਂ ਨਹੀਂ ਦਿੰਦੀ ਸਰਕਾਰ ਬਾਰ-ਬਾਰ ਸਾਨੂੰ ਬਲੇਮ ਕਿਉਂ ਕਰ ਰਹੀ ਆ ਸਰਕਾਰ ਬਾਰ-ਬਾਰ ਕਿਸਾਨ ਅੰਦੋਲਨ ਨੂੰ ਬਲੇਮ ਕਿਉਂ ਕਰ ਰਹੀ ਆ ਅਗਰ ਕੋਈ ਸ਼ਰਾਰਤ ਕਰ ਰਿਹਾ ਸਰਕਾਰ ਉਹਦੇ ਖਿਲਾਫ ਕਾਰਵਾਈ ਕਰੇ ਸਰਕਾਰ ਕਦ ਲਈ ਚੁਣੀ ਜਾਂਦੀ ਆ ਕਾਨੂੰਨ ਕਾਹਦੇ ਵਾਸਤੇ ਆ ਕਾਰਵਾਈ ਕਰੋ ਪਰ ਸਾਨੂੰ ਬਦਨਾਮ ਨਾ ਕਰੋ